ਪਿਆਰੀ ਸਾਧ ਸੰਗਤ ਜੀ, ਵੀਡੀਓ ਦੱਬ ਕੇ ਸ਼ੇਅਰ ਕਰ ਦਿਓ। ਕਰਨਾਟਕਾ ਦੇ ਵਿੱਚ ਸ਼ਹਿਰ ਦਾ ਨਾਮ ਹੈ ਜੀ ਬੈਂਗਲੌਰੂ। ਬੈਂਗਲੌਰ ਸ਼ਹਿਰ ਦੇ ਵਿੱਚ ਅਲਸੂਰ ਲੇਕ ਦੇ ਉੱਤੇ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ। ਆਪ ਦਰਸ਼ਨ ਕਰ ਰਹੇ, ਇਹ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਸੇ ਲੇਕ ਦੇ ਉੱਪਰ ਮਿਲਟਰੀ ਦਾ ਕੈਂਪ ਹੈ। ਇੱਥੇ ਬਿਨਾਂ ਪਰਮਿਸ਼ਨ ਤੋਂ ਜਾ ਨਹੀਂ ਸਕਦੇ, ਲੇਕਿਨ ਅਸੀਂ ਗਏ ਹਾਂ ਜੀ, ਪਹੁੰਚ ਗਏ ਹਾਂ ਅਸੀਂ ਉਹ ਜਗ੍ਹਾ ਤੇ ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਨੇ ਜੀ। ਪੱਥਰਾਂ ਦੀ ਪੁਰਾਣੀ ਛੱਤ ਪਈ ਹੋਈ ਹੈ। ਘੱਟ ਲੋਕਾਂ ਨੂੰ ਪਤਾ, ਅੱਜ ਬੈਂਗਲੌਰ ਦੇ ਵਿੱਚ ਏਅਰਪੋਰਟ ਦਾ ਨਾਮ ਕੈਂਪੇਗੌੜਾ, ਬੱਸ ਸਟੈਂਡ ਦਾ ਨਾਮ ਕੈਂਪੇਗੌੜਾ। ਦਰਸ਼ਨ ਕਰ ਰਹੇ ਹੋ ਨਾ ਜੀ ਅੰਦਰ, ਇਹ ਅਸਥਾਨ ਪੁਰਾਤਨ ਅਸਥਾਨ ਦੇ ਦਰਸ਼ਨ ਕਰ ਰਹੇ ਹੋ, ਜਿਹਨਾਂ ਅਸਥਾਨ ਦੇ ਵਿੱਚ ਦੀ ਦਾਸ ਨਿਕਲ ਰਿਹਾ, ਵੱਡੇ ਵੱਡੇ ਦਰਖਤ, ਇਹਨਾਂ ਦਾ ਪ੍ਰੂਫ ਸਾਡੇ ਕਿਤਾਬਾਂ 'ਚ ਲਿਖਿਆ ਹੋਇਆ ਹੈਗਾ। ਉਹਨੂੰ ਪੜ੍ਹਨ ਤੋਂ ਬਾਅਦ ਦਾਸ ਇੱਥੇ ਪਹੁੰਚਿਆ, ਬਹੁਤ ਪੁਰਾਣਾ, ਔਰ ਆਪ ਜੀ ਨੂੰ ਇੱਥੇ ਦੇ ਦਰਸ਼ਨ ਕਰਾ ਰਹੇ ਆ। ਪੂਰੀ ਵੀਡੀਓ ਜ਼ਰੂਰ ਵੇਖਿਓ, ਸਬੂਤਾਂ ਸਮੇਤ ਬੈਂਗਲੌਰ ਦੀ ਸੰਗਤ, ਖਾਸ ਕਰਕੇ ਕਰਨਾਟਕਾ ਦੀ ਸੰਗਤ, ਖਾਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਕਰਨਾਟਕਾ 'ਚ ਪਹੁੰਚਦੇ ਨੇ, ਇਹ ਅਸਥਾਨ ਜਿੱਥੇ ਬਾਬਾ ਸ੍ਰੀ ਚੰਦ ਜੀ ਬਾਅਦ ਵਿੱਚ ਆ ਕਰਕੇ ਅਸਥਾਨ ਨੂੰ ਡਿਵੈਲਪ ਕਰਦੇ ਨੇ, ਉਦੋਂ ਬਾਅਦ ਉਦਾਸੀਨ ਅਖਾੜਾ ਬਣਦਾ, ਉਦਾਸੀਆਂ ਦਾ ਮੱਠ ਬਣਦਾ। ਇਹਨੇ ਇਸ ਮੰਦਿਰ ਦੀ ਸਥਾਪਨਾ ਕੀ, ਇਸ ਸਥਾਨ ਕੀ, ਉਦਾਸੀਨ ਕੇ। ਤੁਸੀਂ ਦੇਖ ਰਹੇ ਹੋ ਇਹਦੇ ਅੰਦਰ ਇੱਕ ਗਊਸ਼ਾਲਾ ਹੈ ਉਦਾਸੀ ਸੰਪਰਦਾ ਦੀ, 70 ਗਾਵਾਂ ਨੇ ਜੀ ਇਹਦੇ ਅੰਦਰ ਰੱਖੀਆਂ ਹੋਈਆਂ। ਘੱਟੋ ਘੱਟ 60 ਏਕੜ ਜ਼ਮੀਨ, ਸਭ ਤੋਂ ਮਹਿੰਗੀ ਜ਼ਮੀਨ ਬੈਂਗਲੌਰ ਦੀ, 60 ਏਕੜ ਜ਼ਮੀਨ ਤੋਂ ਕੇਵਲ 3 ਏਕੜ ਰਹਿ ਗਈ ਹੈ। ਹਾਂ, 60 ਏਕੜ ਨੇ, 1750 ਮੇ ਆਰਮੀ ਆ ਗਈ, ਫਿਰ ਆਰਮੀ ਨੇ ਕਬਜ਼ਾ ਕਰ ਲਿਆ, ਉਹ ਵੀ ਮਿਲਟਰੀ ਦੇ ਅੰਦਰ। ਕਿਸੇ ਪੰਜਾਬੀ ਨੂੰ ਆਪਣੇ ਇੱਥੇ ਬਹੁਤ ਘੱਟ ਲਿਖਤ, ਗੁਰੂ ਗ੍ਰੰਥ ਸਾਹਿਬ ਜੀ ਤਾਂ ਉਹ ਕਹਾਂ ਗਿਆ, ਉਹ ਬਾਬਾ ਪਾਪਾ ਲੋਗੋਂ ਕੋ ਪਤਾ ਥੇ ਯਹਾਂ ਸੇ, ਲੇਕਿਨ ਬੁੱਕ ਤੋ ਮੇਨ ਧੂਣਾ ਕਹਾਂ ਲਗਤਾ ਥਾ ਪਹਿਲੇ, ਯੇ ਧੂਣਾ ਹੈ, ਇਹ ਪੂਰਾ ਪੈਕ ਥਾ। ਅੱਛਾ, ਇਹ ਕਮ ਸੇ ਕਮ 300-400 ਸਾਲ ਪੁਰਾਣੀ ਬਿਲਡਿੰਗ ਹੋ ਗਈ। ਹਾਂ, ਆਰਾਮ ਸੇ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਪੰਜਾਬ ਤੋਂ ਚੱਲਦੇ ਨੇ, ਪੂਰਾ ਪੰਜਾਬ ਰਾਜਸਥਾਨ ਕਵਰ ਕਰਕੇ ਮੈਂ ਬਿਲਕੁਲ ਨੇੜੇ ਆ ਜਾਵਾਂ ਜੀ, ਤਿਰੁਵਨੰਤਪੁਰਮ ਪਹੁੰਚਦੇ ਨੇ, ਉੱਥੇ ਵੀ ਮਿਲਟਰੀ ਦੇ ਏਰੀਆ ਇੱਕ, ਉੱਥੇ ਇੱਕ ਸਰਦਾਰ ਜੀ ਨੇ ਜਿਹੜੇ ਲੱਗੇ ਹੋਏ ਨੇ, ਉਹਨਾਂ ਕੋਲ ਇੰਨਾ ਫੰਡ ਨਹੀਂ ਹੈ ਕਿ ਉਹ ਅਸਥਾਨ ਬਣਾ ਲੈਣ, ਉਹ ਲੱਗੇ ਹੋਏ ਨੇ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਅਸਥਾਨ ਬਣਾਉਣ ਵਾਸਤੇ। ਗੁਰੂ ਨਾਨਕ ਸਾਹਿਬ ਜੀ ਉੱਥੋਂ ਚੱਲਦੇ ਨੇ ਆਲੀਪੀ, ਆਲਾਪੂਜ਼ਾ, ਕੇਰਲਾ। ਉੱਥੇ ਕੁਝ ਨਾਮਾਂ ਦੀ ਗੜਬੜ ਹੈ ਜੀ, ਉਸ ਸਮੇਂ ਦੇ ਨਾਮ ਤੇ ਅੱਜ ਦੇ ਨਾਮ 'ਚ ਕੁਝ ਫਰਕ ਪੈ ਸਕਦਾ ਹੈ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਉਂਦੇ ਨੇ ਕੋਟਾਇਮ, ਕੁਲਮ, ਫਿਰ ਆਉਂਦੇ ਨੇ ਕੋਚੀਨ। ਕੋਚੀਨ ਦੇ ਵਿੱਚ ਰਾਜਾ ਕੇਸੋ ਦੱਤ ਸੀ, ਰਾਜਾ ਕੇਸੋ ਦੱਤ ਗੁਰੂ ਨਾਨਕ ਦੇਵ ਜੀ ਨੂੰ ਮਿਲਦਾ ਜੀ, ਤੇ ਕੇਸੋ ਦੱਤ ਬੇਨਤੀ ਕਰਦਾ ਕਿ ਮੇਰੇ ਕੋਲ ਰਾਜ ਭਾਗ ਸਭ ਕੁਝ ਹੈ ਪਰ ਔਲਾਦ ਨਹੀਂ ਹੈ, ਆਪ ਕਿਰਪਾ ਕਰੋ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਉਹਦੇ 2 ਪੁੱਤਰ ਹੁੰਦੇ ਨੇ, 1 ਬੇਟੀ ਹੁੰਦੀ ਹੈ। ਜਦੋਂ ਆਪਾਂ ਪੁਰਾਣੇ ਇਤਿਹਾਸ ਦੇ ਸਰੋਤ ਪੜ੍ਹਦੇ ਹਾਂ ਕਿ ਉਹ ਰਾਜਾ ਹੁਣ ਤੱਕ ਜਦੋਂ ਤੱਕ ਉਹਦਾ ਰਾਜ ਰਿਹਾ, ਕੱਤਕ ਦੀ ਪੂਰਨਮਾਸ਼ੀ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਸੰਗਤਾਂ ਵਿੱਚ ਵੰਡਦਾ ਹੁੰਦਾ ਸੀ, ਕੋਚੀਨ ਦਾ ਰਾਜਾ। ਉੱਥੋਂ ਤਿਰਸੁਰ ਨੂੰ ਹੁੰਦੇ ਹੋਏ, ਪਾਲਾਘਾਟ ਨੂੰ ਹੁੰਦੇ ਹੋਏ, ਕੋਇੰਬਟੂਰ ਨੂੰ ਹੁੰਦੇ ਹੋਏ ਮੈਸੂਰ ਪਹੁੰਚਦੇ ਨੇ। ਮੈਸੂਰ ਦੇ ਵਿੱਚ ਚਿੜੀਆ ਘਰ ਦੇ ਲਾਗੇ ਇੱਕ ਗੁਰਦੁਆਰਾ ਹੈ, ਇਹ ਲਿਖਿਆ ਹੁਣ ਮੈਨੂੰ ਨਹੀਂ ਪਤਾ, ਮੈਂ ਉੱਥੇ ਵੀ ਜਾਣਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ। ਗੁਰੂ ਨਾਨਕ ਦੇਵ ਜੀ ਮੈਸੂਰ ਆਉਂਦੇ ਨੇ, ਮੈਸੂਰ ਤੋਂ ਸੋਮਨਾਥਪੁਰ ਆਉਂਦੇ ਨੇ, ਉਦੋਂ ਬਾਅਦ ਸ੍ਰੀ ਰੰਗਮ ਆਉਂਦੇ ਨੇ। ਰੰਗਾਨਾਥ ਦੇ ਪੁਜਾਰੀ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਡਿਬੇਟ ਹੁੰਦੀ ਹੈ। ਜਿਹੜਾ
ਰੰਗਾਨਾਥ ਪੁਜਾਰੀ ਸੀ ਉਹਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਡਿਬੇਟ ਹੁੰਦੀ ਹੈ ਤੇ ਰੰਗਾਨਾਥ ਵਿੱਚ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਮੂਰਤੀ ਪੂਜਾ ਤੋਂ ਹਟਾ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ। ਉਦੋਂ ਬਾਅਦ ਮਧੁਰ ਆਉਂਦੇ ਨੇ ਰਾਮ ਗਿਰੀ ਹਿੱਲ ਤੋਂ ਪੂਰਬ ਵਾਲੇ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਂਗਲੌਰ ਪਹੁੰਚਦੇ ਨੇ ਜੀ। ਗੱਜ ਕੇ ਜਕਾਰਾ ਲਾ ਦਿਓ ਜੀ, ਮੈਂ ਬੈਂਗਲੌਰ ਦਾ ਇਤਿਹਾਸ ਆਪ ਜੀ ਦੇ ਸਾਹਮਣੇ ਰੱਖਣ ਲੱਗਿਆ। ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚਦੇ ਨੇ, ਇੱਥੇ ਵੋਕਾਲਿੰਗਾ ਜਿਹੜੇ ਸਮਾਜ ਹੈ, ਜਿਹੜਾ ਵੋਕਾਲਿੰਗਾ ਦਾ ਸਮਾਜ ਹੈ, ਇਹ ਆਮ ਕਰਕੇ ਜ਼ਿਮੀਂਦਾਰੀ ਘਰਾਣੇ ਦੇ ਨਾਲ ਜੁੜਿਆ ਹੋਇਆ ਸੀ, ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਸੀ। ਇੱਥੇ ਦਾ ਹੀ ਇੱਕ ਰਾਜਾ ਹੋਇਆ ਜਿਹਦਾ ਜਨਮ 27 ਜੂਨ 1510 ਨੂੰ ਹੁੰਦਾ ਤੇ ਡੈਥ 1559 ਦੇ ਵਿੱਚ ਹੁੰਦੀ ਹੈ। 58 ਸਾਲ ਦੀ ਉਮਰ ਦੇ ਵਿੱਚ ਉਹ ਚੜ੍ਹਾਈ ਕਰ ਜਾਂਦਾ। ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਰਾਜਾ ਹੋਇਆ, ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਇਆ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਆਉਂਦੇ ਨੇ ਤੇ ਗੁਰੂ ਨਾਨਕ ਦੇਵ, ਇਹ ਇਲਾਕਾ ਜਿਹੜਾ ਸੀ ਜੀ ਉਸ ਸਮੇਂ ਜੰਗਲ ਨਾਲ ਘਿਰਿਆ ਹੋਇਆ ਸੀ, ਔਰ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਰਮਣੀਕ ਜਗ੍ਹਾ ਵੇਖੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਅਲਸੂਰ ਝੀਲ ਦੇ ਕਿਨਾਰੇ ਤੇ ਆ ਕੇ ਡੇਰਾ ਕਰ ਲਿੱਤਾ। ਔਰ ਮੈਂ ਵਿਦ ਪ੍ਰੂਫ, ਮੈਂ ਪ੍ਰਮਾਣਿਕ ਤੱਥਾਂ ਦੇ ਨਾਲ ਆਪ ਜੀ ਦੇ ਨਾਲ ਗੱਲ ਕਰਾਂਗਾ, ਕਿਉਂਕਿ ਭਾਈ ਮਤੀ ਦਾਸ ਦਾ ਪਰਿਵਾਰ ਲੱਭਣ ਲੱਗਿਆ, ਦਾਸ ਨੂੰ 2 ਸਾਲ ਲੱਗੇ ਸੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਕਈ ਅਸਥਾਨ ਦਾਸ ਨੇ। ਮੇਰੀ ਬੜੀ ਵੀਡੀਓ ਵਾਇਰਲ ਹੁੰਦੀਆਂ ਨੇ ਜੰਗਲਾਂ 'ਚ ਜਾ ਕੇ, ਮੈਂ ਉਹਨਾਂ ਅਸਥਾਨਾਂ ਨੂੰ ਖੋਜ ਕਰਕੇ ਪੰਥ ਦੇ ਸਾਹਮਣੇ ਲੈ ਕੇ ਆਉਂਦਾ। ਇਹ ਸੇਵਾ ਮਹਾਰਾਜ ਨੇ ਕਰਵਾਈ ਹੈ ਜੀ। ਆਪ ਕੈਂਪੇ ਗੌੜਾ ਸੀ, ਉਹਨੂੰ ਪਤਾ ਲੱਗਦਾ, ਕਿਉਂਕਿ ਉਹ ਵਿਜੇਨਗਰ ਦਾ, ਵਿਜੇਪੁਰ ਦਾ ਉੱਥੇ ਦਾ ਰਾਜਾ ਸੀ। ਉਹ ਚਾਹੁੰਦਾ ਸੀ, ਉਹਦੀ ਮਾਨ ਇੱਛਾ ਸੀ ਕਿ ਇੱਕ ਵਧੀਆ ਦੇਸ਼ ਬਣਾਵਾਂ, ਇੱਕ ਵਧੀਆ ਮੈਂ ਸ਼ਹਿਰ ਵਸਾਵਾਂ। ਇਹ ਵੀ ਆਉਂਦਾ ਕਿ ਬੈਂਗਲੂ ਤੇ ਉਰੂ, ਬੈਂਗਲੂ ਇੱਕ ਫਲੀ ਦਾ ਨਾਮ ਹੈ। ਬੜਾ ਇਹਦੇ ਤੇ ਹੋਰ ਮੈਂ ਰਿਸਰਚ ਪੇਪਰ ਤਿਆਰ ਕਰ ਰਿਹਾ, ਬੈਂਗਲੂ ਤੇ ਉਰੂ ਦਾ ਅਰਥ ਕੀ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਇੱਥੇ ਆਏ ਤਾਂ ਉਹ ਰਾਜਾ ਜਿਹੜਾ ਸੀ, ਉਹ ਰਾਜੇ ਨੂੰ ਸਭ ਤੋਂ ਪਸੰਦ ਇਹ ਜਗ੍ਹਾ ਸੀ। ਇਹ ਵੀ ਆਉਂਦਾ ਕਿ ਉਹ ਰਾਜਾ ਜਿਹੜਾ ਹੈ ਉਹ ਰਾਜ ਕਰਨਾ ਚਾਹੁੰਦਾ ਸੀ, ਪਰ ਉਹਨੂੰ ਦਿੱਕਤਾਂ ਕਾਫੀ ਆ ਰਹੀਆਂ ਸੀ। ਆਖਰ ਜਦੋਂ ਜਿੰਨੇ ਵੀ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਗਏ ਨੇ ਰਾਜੇ, ਖਾਸ ਕਰਕੇ ਉਹਨਾਂ ਰਾਜਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਮਹਿਲਾਂ ਵਿੱਚ ਵੀ ਲੈ ਕੇ ਗਏ ਨੇ ਜੀ। ਗੁਰੂ ਨਾਨਕ ਸਾਹਿਬ ਜੀ ਬਿਦਰ ਵਾਲੇ ਪਾਸੇ ਤੋਂ ਹੁੰਦੇ, ਉਧਰੋਂ ਅੱਗੇ ਤੱਕ ਜਾਂਦੇ ਨੇ, ਤੇ ਇਸ ਰਾਜੇ ਨੂੰ ਅੱਗੋ ਰਾਜਿਆਂ ਤੋਂ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦੇਸ਼, ਤੁਹਾਡੇ ਇਲਾਕੇ ਦੇ ਵਿੱਚ ਆਏ ਹੋਏ ਨੇ, ਕਿਉਂਕਿ ਪਿੱਛੇ ਗੁਰੂ ਨਾਨਕ ਦੇਵ ਜੀ ਕੋਚੀਨ ਦੇ ਰਾਜੇ ਨੂੰ ਬੱਚਿਆਂ ਦੀ ਦਾਤ ਬਖਸ਼ ਕੇ ਇੱਥੇ ਪਹੁੰਚਦੇ ਨੇ, ਤੇ ਉਹ ਰਾਜਾ ਗੁਰੂ ਨਾਨਕ ਦੇਵ ਜੀ ਨੂੰ 3 ਦਰਖਤਾਂ ਦੇ ਥੱਲੇ ਅਲਸੂਰ ਝੀਲ ਦੇ ਕਿਨਾਰੇ ਮਿਲ ਜਾਂਦਾ ਹੈ ਜੀ ਆ ਕੇ। ਔਰ ਰਾਜਾ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕਰਦਾ ਕਿ ਬੜਾ ਮੈਂ ਪ੍ਰਯਾਸ ਕਰ ਰਿਹਾ ਤੇ ਕਿਰਪਾ ਕਰੋ, ਦਿੱਕਤਾਂ ਆ ਰਹੀਆਂ ਨੇ ਕਿ ਮੇਰਾ ਜਿਹੜਾ ਸੁਪਨਾ ਪੂਰਾ ਹੋ ਸਕੇ। ਮੈਂ ਚਾਹੁੰਦਾ ਕਿ ਇੱਕ ਐਸਾ ਸ਼ਹਿਰ ਬਣਾਇਆ ਜਾਵੇ, ਐਸੀ ਜਗ੍ਹਾ ਬਣਾਈ ਜਾਵੇ ਜਿਹੜੀ ਭਾਰਤ ਵਿੱਚ ਸਭ ਤੋਂ ਅੱਗੇ ਹੋਵੇ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਬਚਨ ਕੀਤੇ, ਰਾਜਾ ਤੇਰੀ ਬੇਨਤੀ ਪ੍ਰਵਾਨ ਹੋ ਗਈ ਹੈ, ਟਾਈਮ ਲੱਗੇਗਾ, ਸੱਚ ਜਾਣਿਓ ਇਹ ਤੇਰਾ ਸ਼ਹਿਰ ਦੁਨੀਆ ਦੇ ਵਿੱਚ ਮੰਨਿਆ ਜਾਏਗਾ। ਤੇ ਇਹ ਬਚਨ ਗੁਰੂ ਨਾਨਕ ਦੇਵ ਜੀ ਨੇ ਕੈਂਪਾ ਗੋੜਾ ਨੂੰ ਕੀਤੇ, ਤੇ ਅੱਜ ਭਾਰਤ ਦੇ ਵਿੱਚ ਇਹ ਕਹਿ ਲਈਏ ਕਿ ਸਭ ਤੋਂ ਜੇ ਵਧੀਆ ਸਮਾਰਟ ਸਿਟੀ ਕਹਿ ਲਈਏ, ਉਸ ਰਾਜੇ ਦਾ ਸੁਪਨਾ ਪੂਰਾ ਹੋਇਆ। ਅੱਜ ਮੈਨੂੰ ਲੱਗਦਾ ਕਿ ਪਲੰਬਰ ਨੂੰ ਫੋਨ ਕਰੋ, ਪਲੰਬਰ ਸ਼ਾਇਦ ਨਾ ਆਵੇ, ਮਿਸਤਰੀ ਨੂੰ ਫੋਨ ਕਰੋ, ਮਿਸਤਰੀ ਨਾ ਆਵੇ, ਲੇਕਿਨ ਇੰਜੀਨੀਅਰ ਨੂੰ ਫੋਨ ਕਰੋ ਤਾਂ 2000 ਇੰਜੀਨੀਅਰ ਦੀਆਂ ਲਾਈਨਾਂ ਲੱਗ ਜਾਣ ਇੱਥੇ। ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਜੀ। ਹੁਣ ਗੱਲ ਕਰਾਂਗੇ ਕਿ ਸਰੋਤ ਕਿਹੜੇ ਨੇ ਸਾਡੇ ਕੋਲ। ਗਿਆਨੀ ਗਿਆਨ ਸਿੰਘ ਜੀ, ਤਵਾਰੀਖ ਗੁਰੂ ਖਾਲਸਾ, ਪੰਜਾਬੀ ਦੇ ਪਹਿਲੇ ਵਾਰਤਕ ਲੇਖਕ ਜਿਨ੍ਹਾਂ ਨੂੰ ਅੱਜ ਤੱਕ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ 18ਵੀਂ ਸਦੀ ਦੇ ਅੰਤ ਵਿੱਚ
ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪੂਰਾ ਜੀਵਨ ਉਤਾਰਾ ਕੀਤਾ। ਤਵਰੀਖ ਗੁਰੂ ਖਾਲਸਾ ਪਾਤਸ਼ਾਹੀ ਪਹਿਲੀ ਪੰਨਾ ਨੰਬਰ 152 ਦੇ ਉੱਤੇ ਦਰਜ ਹੈ, ਗੁਰੂ ਨਾਨਕ ਦੇਵ ਜੀ ਬੈਂਗਲੁਰ ਆਏ। ਉਸ ਤੋਂ ਬਾਅਦ ਇੱਕ ਕਿਤਾਬ ਲਿਖੀ ਹੈ ਜਗਦੀਸ਼ ਸਿੰਘ ਢਿੱਲੋਂ ਨੇ, ਬਾਬੇ ਤਾਰੇ ਚਾਰ ਚੱਕ। ਇਸ ਕਿਤਾਬ ਦੇ ਪੰਨਾ ਨੰਬਰ 275 ਦੇ ਉੱਤੇ ਦਰਜ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਂਗਲੁਰ ਆਏ। ਉਸ ਤੋਂ ਬਾਅਦ ਟ੍ਰੈਵਲ ਆਫ ਗੁਰੂ ਨਾਨਕ ਦੇਵ ਮਹਾਰਾਜ ਜੀ, ਪੰਨਾ ਨੰਬਰ 95। ਉਸ ਸਮੇਂ ਇਹ 1969 ਦੇ ਵਿੱਚ ਕਿਤਾਬ ਲਿਖੀ ਗਈ ਸੀ, ਅੱਜ ਤੋਂ 55 ਸਾਲ ਪਹਿਲਾਂ। ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ, ਆਪਾਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਪੰਜਾਬੀਆਂ ਨੂੰ ਇੱਥੇ ਵਸਦਿਆਂ ਨੂੰ। 55 ਸਾਲ ਪਹਿਲਾਂ ਇਹ ਕਿਤਾਬ ਲਿਖੀ ਗਈ ਸੀ, ਦ ਟ੍ਰੈਵਲ ਆਫ ਗੁਰੂ ਨਾਨਕ, ਕਿਉਂਕਿ ਬੜੀ ਰੇਅਰ ਕਿਤਾਬਾਂ ਨੇ ਜਿਹੜੀਆਂ ਖੋਜ ਕਰਨੀਆਂ ਪੈਂਦੀਆਂ ਨੇ, ਇਹ ਛੇਤੀ ਮਿਲਦੀਆਂ ਨੀ, PDF ਕਢਾਉਣੀਆਂ ਪੈਂਦੀਆਂ ਨੇ, ਤੇ ਇਹ ਕਾਫੀ ਦੇਰ ਤੋਂ ਦਾਸ ਖੋਜ ਤੇ ਲੱਗਿਆ ਸੀ। ਟ੍ਰੈਵਲ ਆਫ ਗੁਰੂ ਨਾਨਕ ਦੇ ਪੰਨਾ ਨੰਬਰ 95 ਦੇ ਉੱਤੇ ਲਿਖਿਆ ਹੋਇਆ ਕਿ ਗੁਰੂ ਨਾਨਕ ਦੇਵ ਜੀ ਬੈਂਗਲੁਰ ਆਏ ਤੇ ਇੱਥੇ ਆ ਕੇ ਕਿਸ ਜਗ੍ਹਾ ਤੇ ਬਿਰਾਜਮਾਨ ਹੋਏ। ਔਰ ਇਹ ਜਿਹੜੀ ਕਿਤਾਬ ਹੈ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਛਾਪੀ ਗਈ ਹੈ, ਆਮ ਕਿਸੇ ਬੰਦੇ ਦੀ ਨਹੀਂ ਲਿਖੀ ਗਈ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਿਤਾਬ ਛਪੀ ਹੈ ਜੀ, ਅਮੇਜ਼ਿੰਗ ਟ੍ਰੈਵਲ ਆਫ ਗੁਰੂ ਨਾਨਕ ਦੇਵ ਜੀ, ਪੰਨਾ ਨੰਬਰ 110। ਮੈਂ ਬੇਨਤੀ ਕਰਾਂਗਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਨੂੰ ਕਿ ਉਹ ਕਿਤਾਬ ਦਾ ਉਹ ਪੰਨਾ ਪੜ੍ਹ ਕੇ ਸੁਣਾਉਣ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਵੱਲੋਂ ਅਪਰੂਵਡ ਕਿਤਾਬ ਹੈ ਜੀ, ਕੋਈ ਆਮ ਕਿਤਾਬ ਨਹੀਂ ਹੈ। ਕਿਉਂਕਿ ਮੈਂ ਉਹਨਾਂ ਕਿਤਾਬਾਂ ਦੀ ਗੱਲ ਨਹੀਂ ਕਰਾਂਗਾ ਕਿਸੇ ਨੇ ਲਿਖ ਦਿੱਤੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਗੱਲ ਦੇ ਉੱਤੇ, ਕਿਤਾਬ ਦੇ ਉੱਤੇ ਮੋਹਰ ਲਾ ਰਹੀ ਹੈ ਕਿ ਗੁਰੂ ਨਾਨਕ ਦੇਵ ਜੀ ਅਲਸੂਰ ਆਏ ਤੇ ਉਹਨਾਂ ਨੇ ਪੂਰੀ ਰਿਸਰਚ ਕਰਕੇ ਇਹ ਕਿਤਾਬ ਲਿਖੀ। ਇਸ ਕਿਤਾਬ 'ਚ ਲਿਖਿਆ ਕੀ ਹੋਇਆ ਮੈਂ ਬੇਨਤੀ ਕਰਾਂਗਾ ਸਰਦਾਰ ਜਸਵੀਰ ਸਿੰਘ ਜੀ ਟੋਡੀ ਜੀ ਨੂੰ ਕਿ ਉਹ ਸ਼ਬਦ ਪੜ੍ਹ ਕੇ ਸੁਣਾਉਣ ਜੀ। ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਫ਼ਰ ਵਿੱਚ ਬੈਂਗਲੋਰ ਸ਼ਹਿਰ ਵਿੱਚ ਵੀ ਚਰਨ ਪਾਏ। ਜੋ ਕਿਤਾਬ ਛਪੀ ਗਈ ਹੈ ਸ੍ਰੀ ਗੁਰੂ ਗੋਬਿੰਦ ਕਮੇਟੀ ਵੱਲੋਂ ਬੈਂਗਲੋਰ ਦੇ ਸਫ਼ਰ ਬਾਰੇ, ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾ ਰਿਹਾ। ਇਨ ਦੋਜ਼ ਡੇਜ਼ ਬੈਂਗਲੋਰ ਵਾਸ ਅ ਜੰਗਲ ਕਲੈਡ ਰਫਲੀ ਹੈਰੀ ਟੈਰੇਨ, ਅ ਫਿਊ ਹਿਲੌਕਸ ਕੁਡ ਬੀ ਸੀਨ ਡੋਮੀਨੇਟਿੰਗ ਦ ਜੰਗਲਸ। ਦੇਰ ਵਾਸ ਅ ਫਾਈਨ ਲੇਕ ਸਪਰੈਡ ਇਨ ਅ ਵਾਸਟ ਏਰੀਆ। ਦ ਸੀਨਿਕ ਬਿਊਟੀ ਆਫ ਦ ਏਰੀਆ ਕੈਪਚਰਡ ਸ੍ਰੀ ਗੁਰੂ ਨਾਨਕ ਅਟੈਂਸ਼ਨ, ਐਂਡ ਹੀ ਅਲੋਂਗ ਵਿਦ ਹਿਸ ਕੰਪੈਨੀਅਨਸ ਰੈਸਟਡ ਦੇਰ ਅੰਡਰ ਅ ਟ੍ਰੀ ਕਲੋਜ਼ ਟੂ ਐਨ ਏਂਸ਼ੀਅੰਟ ਟੈਂਪਲ there. Still the Udasis have around 3 acres of land where they have a Gurdwara, but where Sikh culture is totally missing. A new Gurdwara has been constructed by the then local Sangat on the other bank of Valsur Lake, Ajithi Gurdwara Sahib. But a very few of the local Sikhs know of the historical importance of this area. This author has collected all evidence from the Mahant of Udasi Dera, who showed me the record of the land as well. Eh Shabad Dhaap Bajaye. ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਉਦਾਸੀ ਸੰਪਰਦਾ ਆਈ ਤੇ ਬਾਬਾ ਸ੍ਰੀ ਚੰਦ ਜੀ ਨੂੰ ਭੇਜਿਆ ਗਿਆ, ਜਿਹਨਾਂ ਰਾਜਿਆਂ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਗਏ ਉਹਨਾਂ ਰਾਜਿਆਂ ਨੂੰ ਉਦਾਸੀ ਸੰਤ ਆ ਕੇ ਮਿਲਦੇ ਜੀ। ਉਦਾਸੀ ਸੰਤ ਆ ਕੇ ਕੀ ਕਰਦੇ? ਅਖਾੜਾ ਕਾਇਮ ਕਰਦੇ, ਤੇ ਉੱਥੋਂ ਸ਼ੁਰੂ ਹੁੰਦੀ। ਪਹਿਲਾਂ ਗੁਰਦੁਆਰਾ ਸਾਹਿਬ ਨਹੀਂ ਸੀ ਹੁੰਦਾ ਜੀ, ਧਰਮਸਾਲ ਹੁੰਦੀ ਸੀ, ਦਾ ਉਦਾਸੀਆਂ ਦੇ ਅਖਾੜੇ ਹੁੰਦੇ ਸੀ, ਤੇ ਉਸ ਸਮੇਂ ਤੋਂ ਉਦਾਸੀਆਂ ਨੇ ਇਸ ਜਗ੍ਹਾ ਤੇ ਮਿਲਟਰੀ ਕੈਂਪ ਦੇ ਅੰਦਰ, ਜਿਹੜੀ ਕਿ ਰਾਜਾ ਕੈਂਪੇ ਗੌੜੇ ਦੇ ਪਰਿਵਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਆ ਸਾਰਾ ਏਰੀਆ ਜਿਹੜਾ ਇਹ ਦਾਨ ਦੇ ਵਿੱਚ ਦੇ ਦਿੱਤਾ ਸੀ, ਔਰ ਜਿਹੜੀ ਧਰਤੀ ਤੇ ਆਪ ਜੀ ਬੈਠੇ ਹੋ ਇਹ ਗੁਰੂ ਨਾਨਕ ਦੇਵ ਜੀ ਦੇ ਨਾਮ ਲਿਖੀ ਹੋਈ ਹੈ ਜੀ। ਤੇ ਆਪ ਜੀ ਏਦਾਂ ਹੀ ਨਹੀਂ ਇੱਥੇ ਬੈਠੇ, ਆਪ ਜੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਤੇ ਮੇਰੀ ਬੇਨਤੀ ਇਹੀ ਹੈ ਜੀ ਪ੍ਰਬੰਧਕ ਕਮੇਟੀ ਨੂੰ ਵੀ, ਸਿੱਖ ਸੰਗਤਾਂ ਨੂੰ ਵੀ, ਕਿ
ਠੀਕ ਹੈ, ਬਹੁਤ ਸਮੇਂ ਗੁਰਦੁਆਰੇ ਕੁਝ ਆਜ਼ਾਦ ਵੀ ਕਰਾਉਣੇ ਪਏ, ਪਰ ਘੱਟੋ ਘੱਟ ਸਾਨੂੰ ਉਸ ਸਥਾਨ ਵਾਸਤੇ ਸ਼ੁਰੂਆਤ ਤਾਂ ਕਰਨੀ ਚਾਹੀਦੀ ਹੈ। ਭਾਵੇਂ ਉੱਥੇ ਇੱਕ ਇੱਟ ਹੀ ਰੱਖੀ ਜਾਵੇ ਆਉਣ ਵਾਲੇ ਸਦੀਆਂ ਤੱਕ, ਇਹ ਨਹੀਂ ਕਹਿੰਦੇ ਆਪਾਂ ਗੁਰਦੁਆਰੇ ਦੋ ਦੀ ਜਗ੍ਹਾ ਚਾਰ ਬਣਾ ਦਈਏ, ਲੇਕਿਨ ਘੱਟੋ ਘੱਟ ਇੱਕ ਜਗ੍ਹਾ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਪਤਾ ਹੋਣੀ ਚਾਹੀਦੀ ਹੈ। ਇਹ ਸਿੱਖਾਂ ਨੇ ਲਿਖਾ ਤਾਂ ਲੈਣੀ ਚਾਹੀਦੀ ਹੈ, ਇਹ 'ਚ ਲਿਖਿਆ ਵੀ ਪੇਪਰ ਵੀ ਮੌਜੂਦ ਨੇ, ਤੇ ਘੱਟੋ ਘੱਟ ਸਾਨੂੰ ਸਿੱਖਾਂ ਨੂੰ ਪਹਿਲ ਕਰਕੇ ਗੁਰੂ ਨਾਨਕ ਦੇ ਪੁੱਤਰ ਹੋਣ ਕਰਕੇ ਅਸੀਂ ਰੋਜ਼ ਅਰਦਾਸ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ। ਉਹ ਸ਼ਬਦ ਇਹ ਹੈ ਜਦੋਂ ਆਪਾਂ ਅਰਦਾਸ ਕਰਦੇ ਹਾਂ ਜੀ, ਸਰਦਾਰ ਜੋਗਿੰਦਰ ਸਿੰਘ ਭਸੀਨ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ, ਜਿਨ੍ਹਾਂ ਨੇ ਇਹ ਪੰਕਤੀਆਂ ਲਿਖੀਆਂ ਸੀਆਂ ਅਰਦਾਸ ਵਿੱਚ, ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਆਪਾਂ ਖਾਲਸੇ ਨਹੀਂ ਹਾਂ ਜੀ, ਆਪਾਂ ਉਹ ਦਾਨ ਨਹੀਂ ਲੈ ਸਕਦੇ। ਜੇ ਆਪਾਂ ਗੁਰੂ ਕੋਲੋਂ ਦਾਨ ਮੰਗਦੇ ਹਾਂ, ਅਰਦਾਸ ਕਰਕੇ ਬੜੇ ਗੁਰਦੁਆਰੇ ਆਜ਼ਾਦ ਕਰਾਏ ਨੇ, ਇਹਨੂੰ ਆਜ਼ਾਦ ਕਰਾਉਣ ਦੀ ਲੋੜ ਨਹੀਂ ਹੈ, ਇਹਨੂੰ ਸਾਂਭਣ ਦੀ ਲੋੜ ਹੈ, ਤੇ ਇਹਦੇ ਸਾਂਭਣ ਦੇ ਲਈ ਸਾਨੂੰ ਉਪਰਾਲੇ ਨਹੀਂ ਕਰਨੇ ਚਾਹੀਦੇ। ਜੇ ਕਰਨੇ ਚਾਹੀਦੇ ਨੇ ਉਪਰਾਲੇ ਤਾਂ ਹੱਥ ਖੜੇ ਕਰਕੇ ਜਕਾਰਾ ਜ਼ਰੂਰ ਲਗਾ ਦਿਓ, ਤੇ ਪ੍ਰਬੰਧਕ ਕਮੇਟੀ ਇਹ ਸਾਰੇ ਉਪਰਾਲੇ ਸ਼ੁਰੂ ਕਰ ਦੇਗੀ। ਸੰਗਤ ਕਿਹੜੀ ਚਾਹੁੰਦੀ ਹੈ ਵੀ ਇਹ ਅਸਥਾਨ ਨੂੰ ਅਸੀਂ ਦਰਸ਼ਨ ਕਰ ਸਕੀਏ? ਪਾਕਿਸਤਾਨ ਤਾਂ ਨਹੀਂ ਜਾ ਸਕਦੇ, ਤੁਹਾਡੇ ਤਾਂ ਅਲਸੂਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਹੈ, ਇਹਦੇ ਤਾਂ ਦਰਸ਼ਨ ਕਰ ਸਕਦੇ ਹੈ, ਤੇ ਕਿਹੜੀ ਸੰਗਤ ਸਹਿਮਤ ਹੈ ਇਸ ਗੱਲ ਦੇ ਨਾਲ, ਉਹ ਹੱਥ ਖੜੇ ਕਰਕੇ ਜਕਾਰੇ ਜ਼ਰੂਰ ਲਗਾਇਓ ਜੀ। ਬਾਕੀ ਜੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ, ਸਰਦਾਰ ਜਸਵੀਰ ਸਿੰਘ ਜੀ ਟੋਡੀ ਜੀ ਤੇ ਭੈਣ ਬੀਨਾ ਭੈਣ ਜੀ, ਸਰਦਾਰ ਬਲਜੀਤ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਮੈਨੂੰ ਆਪ ਜੀ ਦੇ ਦਰਸ਼ਨ ਕਰਾਏ। ਉਹ ਆਪਾਂ ਮੀਟਿੰਗ ਰੱਖ ਲਵਾਂਗੇ, ਉਹ ਜਗ੍ਹਾ ਤੁਹਾਨੂੰ ਮਿਲ ਜੂਗੀ, ਵੱਡੀ ਗੱਲ ਔਖੀ ਨਹੀਂ ਹੈ, ਤੇ ਬਸ ਉਪਰਾਲਾ ਕਰਨ ਦੀ ਲੋੜ ਹੈ। ਮੈਂ ਬੇਨਤੀ ਕਰਾਂਗਾ ਪ੍ਰਬੰਧਕ ਕਮੇਟੀ ਇਹਦੇ ਬਾਰੇ ਦੋ ਸ਼ਬਦ ਜ਼ਰੂਰ ਬੋਲਣ ਜੀ। ਬੋਲੇ ਸੋ ਨਿਹਾਲ ਅਸੂਰ ਲੇਕ ਦੇ, ਜਿਹੜੇ ਇੱਥੋਂ ਜਾਈਏ ਤੇ ਜੋ ਐਮਈਜੀ ਸੈਂਟਰ ਦਾ ਗੇਟ ਆਉਂਦਾ ਹੈਗਾ, ਉਸਦੇ ਅੰਦਰ ਇੱਕ ਮੱਠ ਹੈਗਾ ਜਿੱਥੇ ਗੁਰਸਾਹਿਬ ਰੁਕੇ ਸੀ, ਉਹ ਜਗ੍ਹਾ ਉੱਥੇ ਮੌਜੂਦ ਹੈਗੀ ਆ। ਦਾਸ ਨੇ ਵੀ ਪਹਿਲੇ ਵੀ ਇਤਿਹਾਸ ਵਿੱਚ ਪੜਿਆ ਹੈ ਔਰ ਜੋ ਕਹਿ ਰਹੇ ਨੇ ਬਿਲਕੁਲ ਸੱਚ ਹੈ, ਔਰ ਉਹ ਜਗ੍ਹਾ ਅਜੇ ਵੀ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।